ਜੱਗ ਪੰਜਾਬੀ ਟੀਵੀ ਵੇਖਣਾ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਸਤਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਆਪਾਂ ਇੱਕ ਕਿਤਾਬ ਦੀ ਗੱਲ ਕਰਾਂਗੇ, ਬਲਕਿ ਇੱਕ ਨਾਵਲ ਦੀ ਗੱਲ ਕਰਾਂਗੇ। ਇਹ ਨਾਵਲ ਦਾ ਨਾਂ ਹੈ ਮਲੂਕਾ, ਜਿਹਨੂੰ ਸਾਧੂ ਸਿੰਘ ਧਾਮੀ ਹੋਣਾ ਨੇ ਲਿਖਿਆ ਹੋਇਆ, ਅਤੇ ਇਹ ਮੈਂ ਹੁਣੇ ਖਤਮ ਕੀਤਾ ਅਤੇ ਬਹੁਤ ਵਧੀਆ ਮੈਨੂੰ ਨਾਵਲ ਲੱਗਿਆ ਹੈਗਾ। ਅਤੇ ਇਹਦੇ ਬਾਰੇ ਮੈਂ ਤੁਹਾਡੇ ਨਾਲ ਵਿਚਾਰ ਆਪਣੇ ਸਾਂਝੇ ਕਰਨਾ ਚਾਹੁੰਦਾ ਸੀ ਕਿ ਇਹਦੇ ਵਿੱਚ ਕੀ ਜ਼ਿਕਰ ਕੀਤਾ ਹੋਇਆ। ਬੇਸਿਕਲੀ ਇਹ ਜਿਹੜੇ 20ਵੀਂ ਸਦੀ ਦੇ ਸ਼ੁਰੂਆਤ ਦੇ ਵਿੱਚ 1902-4-5 ਦੇ ਵਿੱਚ ਜਿਹੜੇ ਲੋਕ ਇੱਥੇ ਕੈਨੇਡਾ ਦੇ ਵਿੱਚ ਆਏ ਨੇ, ਸਭ ਤੋਂ ਪਹਿਲਾਂ ਕਿਉਂਕਿ ਵੈਨਕੂਵਰ ਆਏ ਸੀ, ਅਤੇ ਉੱਥੇ ਜਿਹੜੇ ਪੰਜਾਬੀ ਲੋਕ ਆਏ ਸੀ, ਕਿੱਦਾਂ ਉਹ ਰਹਿੰਦੇ ਸੀ, ਕਿੰਨਾ ਹਾਲਾਤਾਂ ਦੇ ਵਿੱਚ ਉਹ ਰਹਿੰਦੇ ਸੀ, ਕਿੰਨੀਆਂ ਮੁਸ਼ਕਲਾਂ ਨਾਲ ਇੱਥੇ ਪਹੁੰਚੇ। ਅਤੇ ਇਹ ਇੱਕ ਮਲੂਕਾ ਜਿਹੜਾ ਮੁੱਖ ਪਾਤਰ ਹੈਗਾ ਇਸ ਨਾਵਲ ਦੇ ਵਿੱਚ, ਉਹਦਾ ਜ਼ਿਕਰ ਕੀਤਾ। ਅਤੇ ਐਂ ਲੱਗਦਾ ਕਿ ਸ਼ਾਇਦ ਉਹ ਲੇਖਕ ਆਪ ਹੀ ਆਪਣੀ ਕਹਾਣੀ ਲਿਖ ਰਿਹਾ ਹੈਗਾ। ਸਾਧੂ ਸਿੰਘ ਧਾਮੀ ਜਿਹੜੇ ਨੇ ਉਹ ਆਪ ਹੀ ਆਪਣੀ ਕਹਾਣੀ ਲਿਖ ਰਹੇ। ਇੱਕ 15-16 ਸਾਲ ਦਾ ਮੁੰਡਾ ਜਿਹੜਾ ਪੰਜਾਬ ਦੇ ਵਿੱਚੋਂ ਇੱਥੇ ਆਉਂਦਾ ਅਤੇ ਘੁੰਮ ਘੁੰਮਾ ਕੇ ਆਉਂਦਾ, ਜਿਵੇਂ ਮਲੇਸ਼ੀਆ ਵੱਲੋਂ ਇੱਧਰੋਂ ਜਪਾਨ ਵੱਲੋਂ ਘੁੰਮ ਘੁੰਮਾ ਕੇ ਇੱਥੇ ਪਹੁੰਚਦੇ ਹੈਗੇ ਨੇ। ਅਤੇ ਇਹ ਉਦੋਂ ਦੀ ਗੱਲ ਹੈ ਜਦੋਂ ਬਹੁਤ ਹੀ ਘੱਟ ਗਿਣਤੀ ਆਪਣੇ ਪੰਜਾਬੀਆਂ ਦੀ ਕੈਨੇਡਾ ਦੇ ਵਿੱਚ ਹੁੰਦੀ ਸੀ। ਇਹਦੇ ਅੰਤ ਦੇ ਵਿੱਚ ਜ਼ਿਕਰ ਕੀਤਾ ਕਿ ਜਿਹੜੀ 1904 ਦੇ ਵਿੱਚ ਤਕਰੀਬਨ 100 ਕੀ ਬੰਦਾ ਜਿਹੜਾ ਕੈਨੇਡਾ ਦੇ ਵਿੱਚ ਸੀ, ਜਿਹੜਾ ਕਿ ਫਿਰ ਲੋਕ ਕਾਫ਼ੀ ਆਉਣੇ ਸ਼ੁਰੂ ਹੋ ਗਏ। ਅਤੇ 1908 ਦੇ ਵਿੱਚ ਤਕਰੀਬਨ 5000 ਲੋਕ ਜਿਹੜਾ ਪੰਜਾਬੀ ਇੱਥੇ ਪਹੁੰਚ ਗਿਆ ਸੀ, ਪਰ ਉਹ ਆਪਣੇ ਪਰਿਵਾਰਾਂ ਤੋਂ ਬਿਨਾਂ ਹੀ ਰਹਿੰਦੇ ਸੀ। ਜ਼ਿਆਦਾ ਕਰਕੇ ਵੈਨਕੂਵਰ ਦੇ ਏਰੀਏ 'ਚ ਰਹਿੰਦੇ ਸੀ ਅਤੇ ਉੱਥੇ ਲੱਕੜ ਮਿੱਲਾਂ ਦੇ ਵਿੱਚ ਜਿਹੜਾ ਕੰਮ ਕਰਦੇ ਸੀ, ਕਾਫ਼ੀ ਮਾੜੇ ਹਾਲਾਤਾਂ ਦੇ ਵਿੱਚ ਕੰਮ ਕਰਦੇ ਸੀ। ਉਹਨਾਂ ਨੂੰ ਘੱਟ ਪੇਮੈਂਟ ਦਿੱਤੀ ਜਾਂਦੀ ਸੀ, ਪਲੱਸ ਉਹਨਾਂ ਦੇ ਰਹਿਣ ਦਾ ਕੋਈ ਬਹੁਤਾ ਵਧੀਆ ਪ੍ਰਬੰਧ ਨਹੀਂ ਸੀ। ਤੀਸਰਾ, ਉਹਨਾਂ 'ਤੇ ਨਸਲੀ ਟਿੱਪਣੀਆਂ ਵੀ ਹੁੰਦੀਆਂ ਸੀ, ਡਿਸਕ੍ਰਿਮੀਨੇਸ਼ਨ ਵੀ ਹੁੰਦੀ ਸੀ। ਅਤੇ ਇਹ ਸਾਰੇ ਹਾਲਾਤਾਂ ਦਾ ਇਹਦੇ ਵਿੱਚ ਵਰਣਨ ਕੀਤਾ ਹੈ। ਇਸ ਮਲੂਕਾ ਨਾਵਲ ਦਾ ਖਾਸੀਅਤ ਇਹ ਵੀ ਹੈਗੀ ਹੈ ਕਿ ਜਿੱਥੇ ਉਸ ਪਾਤਰ ਦੇ ਆਲੇ ਦੁਆਲੇ ਜਿਹੜੇ ਹੋਰ ਲੋਕ ਰਹਿੰਦੇ ਨੇ, ਜਿਹੜੇ ਹੋਰ ਹਾਲਾਤ ਨੇ, ਉਹਨਾਂ ਦਾ ਵੀ ਜ਼ਿਕਰ ਕਰਦਾ। ਪਰ ਇਹਦੀ ਖਾਸੀਅਤ ਨਾਵਲ ਦੀ ਉਦੋਂ ਵੀ ਵੱਧ ਜਾਂਦੀ ਹੈਗੀ ਹੈ ਜਦੋਂ ਇਹ ਸਮਾਜਿਕ ਤੌਰ 'ਤੇ, ਰਾਜਨੀਤਿਕ ਤੌਰ 'ਤੇ ਦੁਨੀਆਂ ਦੇ ਵਿੱਚ ਕਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ, ਹਿੰਦੁਸਤਾਨ ਦੇ ਵਿੱਚ ਜਿਹੜਾ ਹੈ ਆਜ਼ਾਦੀ ਨੂੰ ਲੈ ਕੇ ਕਿਸ ਤਰ੍ਹਾਂ ਦੇ ਘੋਲ, ਕਿਸ ਤਰ੍ਹਾਂ ਦੀ ਵਿਚਾਰਧਾਰਾ ਜਿਹੜੀ ਕੰਮ ਕਰ ਰਹੀ ਹੈ, ਉਹਦੀ ਵੀ ਗੱਲ ਇਹਦੇ ਵਿੱਚ ਕੀਤੀ ਗਈ ਹੈ। ਰਸ਼ੀਆ ਦੀ, ਚੀਨ ਦੀ, ਉੱਥੇ ਕਿਹੜੀਆਂ ਫਿਲਾਸਫੀਆਂ ਕੰਮ ਕਰ ਰਹੀਆਂ ਨੇ, ਉਹਦੀਆਂ ਵੀ ਜਿਹੜੀ ਹੈ ਇਹਦਾ ਕਿਤਾਬ ਦੇ ਵਿੱਚ ਜ਼ਿਕਰ ਆਉਂਦਾ। ਇਹ ਖਾਸੀਅਤ ਇਹਦੀ ਇਹ ਵੀ ਹੈਗੀ ਹੈ ਕਿ ਬਹੁਤ ਹੀ ਡਿਟੇਲ ਦੇ ਵਿੱਚ ਨਹੀਂ ਗਏ ਹੈਗੇ, ਕਿਸੇ ਵੀ ਘਟਨਾ ਦੇ ਬਹੁਤ ਹੀ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਗਏ, ਥੋੜ੍ਹਾ ਜਿਹਾ ਉਹਨਾਂ ਨੇ ਫਿਲਾਸਫੀਕਲ ਜਾਂ ਉਹਦਾ ਵਿਚਾਰਧਾਰਕ ਜਿਹੜਾ ਪੱਖ ਹੈ ਉਹ ਇਹਦੇ ਵਿੱਚ ਮੈਂਸ਼ਨ ਕੀਤਾ। ਇਹ ਨਾਵਲ ਜਿਹੜਾ ਹਰੇਕ ਨੂੰ ਪੜ੍ਹਨਾ ਚਾਹੀਦਾ, ਕਿਉਂਕਿ ਅਸੀਂ ਜਿਹੜੇ ਅੱਜ ਕੈਨੇਡਾ ਦੇ ਵਿੱਚ ਰਹਿੰਦੇ ਹੈਗੇ ਹਾਂ ਜਾਂ ਕਿਸੇ ਹੋਰ ਦੇਸ਼ਾਂ ਦੇ ਵਿੱਚ ਰਹਿੰਦੇ ਹਾਂ, ਅਸੀਂ ਬੜੀਆਂ ਸੁੱਖ ਸਹੂਲਤਾਂ ਮਾਣਦੇ ਹੈਗੇ ਹਾਂ, ਸਾਰਾ ਕੁਝ ਵਧੀਆ ਹੈਗਾ, ਪਰ ਸਾਨੂੰ ਇਹ ਕਿਤਾਬ ਇਸ ਕਰਕੇ ਪੜ੍ਹਨੀ ਚਾਹੀਦੀ ਹੈ ਕਿ ਸਾਨੂੰ ਪਤਾ ਲੱਗੇ ਕਿ ਉਹ ਲੋਕ ਜਿਹੜੇ ਸਾਡੇ ਤੋਂ ਪਹਿਲਾਂ, ਸਦੀ ਪਹਿਲਾਂ ਆਏ ਸੀ, ਤਾਂ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ, ਕਿਸ ਤਰ੍ਹਾਂ ਉਹਨਾਂ ਨੇ ਆਪਣੇ ਅਧਿਕਾਰਾਂ ਵਾਸਤੇ ਲੜਾਈ ਲੜੀ, ਅਤੇ ਜਿਨ੍ਹਾਂ ਨੂੰ ਅੱਜ ਅਸੀਂ ਵੇਖ ਆਫ ਜਿਹੜਾ ਮਾਣ ਰਹੇ ਹੈਗੇ ਹਾਂ, ਉਹਦਾ ਆਨੰਦ ਮਾਣ ਰਹੇ ਹੈਗੇ ਹਾਂ। ਵੋਟਿੰਗ ਦਾ ਅਧਿਕਾਰ ਵੀ ਜਿਹੜਾ ਹੈ ਪੰਜਾਬੀ ਸੀ ਲੋਕ ਜਾਂ ਇੰਡੀਅਨ ਲੋਕ ਸੀ ਉਹਨਾਂ ਨੂੰ ਜਿਹੜਾ ਨਹੀਂ ਸੀ ਹੁੰਦਾ, ਉਹਨਾਂ ਦੇ ਵਾਸਤੇ ਕਿਸ ਤਰ੍ਹਾਂ ਉਹਨਾਂ ਨੇ ਲੜਾਈਆਂ ਲੜੀਆਂ, ਅਤੇ ਬਹੁਤ ਵਧੀਆ ਤਰੀਕੇ ਦੇ ਨਾਲ ਕਈ ਧਾਰਮਿਕ ਪੱਖ ਵੀ ਇਹਦੇ ਵਿੱਚ ਉਜਾਗਰ ਕੀਤੇ ਨੇ, ਸਿੱਖੀ ਦੇ ਪੱਖ ਤੋਂ ਵੀ ਜਿਹੜੀਆਂ ਕਈ ਚੀਜ਼ਾਂ ਉਜਾਗਰ ਕੀਤੀਆਂ ਹੈਗੀਆਂ, ਹਿੰਦੁਸਤਾਨ ਦੇ ਸੱਭਿਆਚਾਰ ਦੀ ਗੱਲ ਵੀ ਕੀਤੀ, ਉਹਦੇ ਜਿਹੜੇ ਕਹਿ ਲਓ ਕਿ ਉਹਦੇ ਦਰਸ਼ਨ ਦੀ ਗੱਲ, ਉਹਦੀ ਫਿਲਾਸਫੀ ਦੀ ਗੱਲ ਵੀ ਹਿੰਦੁਸਤਾਨ ਦੇ ਵਿੱਚ ਸ਼ਾਸਤਰਾਂ ਦੇ ਵਿੱਚ ਜਿਹੜੀ ਫਿਲਾਸਫੀ ਹੈ ਉਹਦਾ ਜ਼ਿਕਰ ਵੀ ਇਹਦੇ ਵਿੱਚ ਕੀਤਾ। ਅਤੇ ਲੈ ਦੇ ਕੇ ਇਹ ਨਾਵਲ ਇੱਕ ਬਹੁਤ ਵਧੀਆ ਇੱਕ ਡਾਕੂਮੈਂਟ ਹੈਗਾ, ਇੱਕ ਹਿਸਟੋਰਿਕ ਡਾਕੂਮੈਂਟ ਵੀ ਆਪਾਂ ਕਹਿ ਸਕਦੇ ਹੈਗੇ ਹਾਂ। ਇਸ ਨੂੰ ਪੜ੍ਹ ਕੇ ਜਿਹੜਾ ਹੈ ਘੱਟੋ ਘੱਟ ਜਿਹੜੇ ਲੋਕ ਕੈਨੇਡਾ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਇਹ ਜ਼ਰੂਰ ਨਾਵਲ ਪੜ੍ਹਨਾ ਚਾਹੀਦਾ। ਅਤੇ ਓਰੀਜਨਲ ਨਾਵਲ ਜਿਹੜਾ ਹੈ ਇੰਗਲਿਸ਼ ਦੇ ਵਿੱਚ ਛਪਿਆ ਸੀ, ਬਾਅਦ ਵਿੱਚ ਜਿਹੜਾ ਹੈ ਇਹਦਾ ਪੰਜਾਬੀ ਜਿਹੜਾ ਹੈ ਰੂਪ ਛਾਪਿਆ ਗਿਆ, ਇਹਦੀ ਟ੍ਰਾਂਸਲੇਸ਼ਨ ਜਿਹੜੀ ਛਾਪੀ ਗਈ ਹੈ, ਮਲੂਕਾ ਇਸ ਨੂੰ ਨਾਂ ਦਿੱਤਾ ਗਿਆ ਹੈਗਾ। ਅਤੇ ਇਹਦੇ ਜਿਹੜੇ ਟ੍ਰਾਂਸਲੇਟਰ ਹੈਗੇ ਨੇ ਪੰਜਾਬੀ 'ਚ ਕਰਨ ਵਾਲੇ, ਭਾਗ ਪਹਿਲਾ ਜਿਹੜਾ ਸਾਧੂ ਬਿਨਿੰਗ, ਸੁਖਵੰਤ ਹੁੰਦਲ, ਗੁਰਮੇਲ ਰਾਏ ਨੇ ਇਹਨਾਂ ਨੇ ਜਿਹੜਾ ਹੈ ਪਹਿਲਾ ਭਾਗ ਕੀਤਾ। ਦੂਜਾ ਭਾਗ ਜਿਹੜਾ ਹੈਗਾ ਸਾਧੂ ਸਿੰਘ ਜਿਹੜੇ ਹੈਗੇ ਨੇ ਕੈਨੇਡਾ 'ਚ ਹੀ ਰਹਿੰਦੇ ਨੇ, ਉਹਨਾਂ ਨੇ ਜਿਹੜਾ ਦੂਸਰਾ ਭਾਗ ਇਹਦਾ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ। ਚੇਤਨਾ ਪ੍ਰਕਾਸ਼ਨ ਵੱਲੋਂ ਇਹ ਪ੍ਰਕਾਸ਼ਿਤ ਕੀਤਾ ਜਿਹੜਾ ਨਾਵਲ ਹੈ, ਇਹ ਲੈ ਕੇ ਸਾਨੂੰ ਜ਼ਰੂਰ ਪੜ੍ਹਨਾ ਚਾਹੀਦਾ, ਤਾਂ ਕਿ ਸਾਨੂੰ ਜਿਹੜਾ ਹੈ ਇਹ ਪਤਾ ਲੱਗ ਜਾਏ ਕਿ ਸਾਡੇ ਤੋਂ ਪਹਿਲਾਂ ਜਿਹੜੇ ਲੋਕਾਂ ਨੇ ਕਿਸ ਤਰ੍ਹਾਂ ਦੀਆਂ ਜਿਹੜੀਆਂ ਕੁਰਬਾਨੀਆਂ ਕੀਤੀਆਂ, ਕਿਸ ਤਰ੍ਹਾਂ ਦੀਆਂ ਦੁਸ਼ਵਾਰੀਆਂ, ਕਿਸ ਤਰ੍ਹਾਂ ਦਾ ਸਾਡੇ ਵਾਸਤੇ ਕੰਮ ਕੀਤਾ ਕਿ ਅਸੀਂ ਉਸ ਦਾ ਜਿਹੜਾ ਆਨੰਦ ਮਾਣ ਰਹੇ ਹਾਂ। ਤਾਂ ਦੋਸਤੋ, ਆਸ ਹੈ ਕਿ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਏਗੀ। ਤੁਸੀਂ ਆਪਣੇ ਵਿਚਾਰ ਜ਼ਰੂਰ ਕਮੈਂਟ ਬਾਕਸ ਵਿੱਚ ਥੱਲੇ ਲਿਖਿਓ।
ਅਤੇ ਸਾਡੇ ਚੈਨਲ ਜਗ ਪੰਜਾਬੀ ਟੀ ਵੀ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਇਸ ਤਰ੍ਹਾਂ ਦੀ ਜਾਣਕਾਰੀ ਜਿਹੜੀ ਹੈ ਤੁਹਾਡੇ ਤੱਕ ਸਿੱਧੀ ਪਹੁੰਚ ਸਕੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ।